ਅੱਜ ਆਪਾਂ ਮੰਨੀ ਦਾ ਮੇਕਓਵਰ ਨਾ ਕਰਾ ਦਈਏ। ਰੋਣ ਲੱਗਣੇ ਦਾ ਕਹਿੰਦੇ ਠੋਕੀ ਕਹਿੰਦੇ ਸੋਮਾ ਪਿੱਛੇ ਦੇਖੋ ਟ੍ਰੈਫਿਕ ਕਿੰਨਾ ਹੈ। ਗਾਈਜ਼ ਵੇਖ ਲਓ ਚੀਜ਼ ਮੈਂ ਆਪਦੇ ਲਈ ਲੈਣੀ ਆ। ਕੋ ਗਲੂਟਨ ਫ੍ਰੀ ਤੁਹਾਨੂੰ ਖਾਣ ਦਾ ਮੌਕਾ ਦੇ ਰਹੀ ਆ। ਚੰਡੀਗੜ੍ਹ ਆਪਾਂ ਜਾਣਾ ਸੀਗਾ ਮੈਡੀਸਿਨ ਲੈਣ ਮੰਮਾ ਉਹਨਾਂ ਦੀ, ਲੇਕਿਨ ਕੰਮ ਹੋ ਗਿਆ ਫਲੋਪ। ਅਪੋਇੰਟਮੈਂਟ ਡਾਕਟਰ ਨੇ ਕਰ ਦਿੱਤੀ ਆ ਕੈਂਸਲ, ਅਤੇ ਸਾਡਾ ਸਾਰਾ ਦਿਨ ਦਾ ਪਲਾਨ ਸੀਗਾ ਜਿਹੜਾ ਵੀ ਦਵਾਈ ਲੈਣੀ ਆ ਪਹਿਲਾਂ ਫਿਰ ਉੱਧਰ ਜਾਣਾ ਇੱਧਰ ਜਾਣਾ, ਉਹ ਸਭ ਫਲੋਪ ਹੋ ਚੁੱਕਿਆ ਹੁਣ। ਅਤੇ ਹੁਣ ਆਪਾਂ ਦੇਖਦੇ ਹਾਂ ਵੀ ਆਪਾਂ ਕਿੱਥੇ ਕਿੱਥੇ ਜਾਵਾਂਗੇ ਅੱਜ, ਤੁਸੀਂ ਜੁੜੇ ਰਹੋ ਨਾਲ। ਮੰਨੂ ਪੁੱਤਰ ਇੱਕ ਕੰਮ ਚੱਲ ਰਿਹਾ ਹੈ, ਕਿਹਦੇ ਤੇ ਰੋਟੀ ਬਣਦੀ ਪਈ ਅਤੇ ਤੂੰ ਦੱਸੇਂਗੀ ਮਾੜਾ ਜਿਹਾ ਵੀ ਇਹ ਦਿਨ ਆਪਣੇ ਕਿਉਂ ਆ ਗਏ ਨੇ। ਫਿਰ ਤੂੰ ਸੋਚਿਆ ਜਿਹੜੀ ਕਲਾਕਾਰੀ ਇਹਦੇ ਤੇ ਕਰ ਦਵਾਂ? ਠੀਕ ਹੈ। ਹਾਂਜੀ ਪੁੱਤਰ ਆ ਕਿਹੜਾ ਡਿਜ਼ਾਈਨ ਆ ਇਹ? ਅੱਜ ਨਿਊ ਡਿਜ਼ਾਈਨ ਚੱਲਦੇ ਆ ਨਾ। ਅੱਛਾ ਮੈਂ ਹੁਣੇ ਸ਼ੁਰੂ ਕੀਤਾ। ਅੱਛਾ ਇਹ ਟ੍ਰੈਂਡ ਤੂੰ ਚਲਾਇਆ ਹੈ? ਹੋਰ ਤੇ ਮੈਂ ਚਲਾਉਂਦੀ ਇਹਦੀ ਚਲਾਉਂਦੀ ਤੂੰ ਦਾ ਮਤਲਬ ਟ੍ਰੈਂਡ ਵੀ ਚਲਾਉਣਾ। ਠੀਕ ਹੈ। ਜਬਾਨ ਤਾਂ ਲੰਬੀ, ਪਰਸ ਕਿਵੇਂ ਛੋਟਾ ਹੋ ਸਕਦਾ? ਹੁਣ ਤੇ ਸਹੀ ਕਰ ਲਿਆ, ਸੱਚਾ ਕੀਤਾ ਸੀ ਜਿਵੇਂ ਝੋਨਾ ਲਾਉਣ ਚੱਲੀ ਆ। ਮੈਨੂੰ ਕਿਹਾ ਸੀ ਮੈਂ ਝੋਨਾ ਲਾਉਣਾ ਦੀਦੀ ਐਤਕੀ। ਠੀਕ ਹੈ ਚਲੋ, 7 ਵਜੇ ਬੱਸ ਤੇ ਸਮਾਨ ਆਏਗਾ ਆਪਣਾ, ਉਹ ਖਾ ਲਈਏ। ਠੀਕ ਹੈ ਫਿਰ 8 ਵਜੇ ਆਪਾਂ ਖਾਵਾਂਗੇ ਹੋਰ ਕੀ। ਕਹਿੰਦੀ ਵੀ ਆਪਾਂ ਗੋੜਾ ਦੀ ਚਾਹ ਬਣਾ ਕੇ ਹੋਰ ਕੀ ਚੱਲੇ। ਆਪਾਂ ਨਾਲ ਚਾਹ ਨਹੀਂ ਪੀਣੀ ਕੀ, ਟਾਈਮ ਹੋ ਗਿਆ ਮੈਨੂੰ। ਵਾਹ ਗੁਰੂ, 2 ਮਿੰਟ ਹੋ ਗਏ ਲੈ ਤੇ ਆਪਣੀ ਚਾਹ ਦਾ ਟਾਈਮ ਹੋ ਗਿਆ, ਫਿਰ ਹੁਣ ਕੀ ਕਰੀਏ ਯਾਰ? ਹੁਣ ਜਾ ਬਾਹਰ ਜੇ ਕੀ ਚਾਹ ਪੀਏ ਦੱਸ ਮੈਨੂੰ। ਨਹੀਂ ਮੈਂ ਤਾਂ ਨਹੀਂ ਪੀਤੀ ਜੇ ਵੋਟਸ ਚਾਹ ਪੀਣੀ ਕੇ ਬਾਹਰ ਨਹੀਂ ਚਾਹ ਪੀਤੀ ਚੱਲੀਏ ਨਾ ਫਿਰ ਤੁਸੀਂ ਉੱਥੇ ਜਾਣਾ। ਮੈਂ ਕਿਹਾ ਯਾਰ ਬਾਹਰ ਚੱਲੀਏ ਚਾਹ ਨਾ ਪੀਏ ਬਾਹਰੋਂ ਖਾਣਾ। ਚੱਲ ਤੂੰ ਦੇ ਮੇਰੇ ਹਿਸਾਬ ਨਾਲ ਆਪ ਬਾਈਕ ਤੇ ਚਾਹ ਪੀਣੀ ਚਾਹੀਦੀ ਕਿਉਂਕਿ ਮੈਨੂੰ ਆ ਭੁੱਖ ਲੱਗ ਗਈ। ਮੈਨੂੰ ਪੁੱਛਿਆ ਮੈਨੂੰ ਬਾਹਰ ਕਟਾਉਣੇ ਮੇਰੇ ਕੋਲ ਨਹੀਂ ਨਹੀਂ ਲੈ ਇਹ ਦੀ ਜਵਾਨ ਮੇਰੀ ਗੱਲ ਸੁਣੋ ਵਧੀਆ ਵਧੀਆ ਕਟਾਵਾਂਗੇ ਕਟਾਉਣੇ। ਹਾਂ ਹਾਏ ਰੱਬਾ ਮੈਂ ਹਰ ਵਾਰ ਕਿ ਚੰਡੀਗੜ੍ਹ ਕਟਾਵਾਂ ਹਾਂ ਮੈਂ ਚੰਡੀਗੜ੍ਹ ਕਟਾਵਾਂ ਮੈਂ ਪ੍ਰੋਜੈਕਟ ਦਾ ਕੁਝ ਕੱਟਨੇ ਨਹੀਂ ਵਾਹਗੁਰੂ। ਮੈਨੂੰ ਹੁਣੇ ਕੀ ਕਹਿ ਰਹੀ ਸੀ ਮੇਰੇ ਮੇਕਅਪ ਦਾ ਸਮਾਨ ਕਦੇ ਵੀ ਬੰਦੇ ਨੂੰ ਅਸੈਸਰਾਈਜ਼ ਕਰਨਾ ਪੈ ਜਾਂਦਾ। ਮੈਨੂੰ ਨੂੰ ਇਹ ਮੈਨੂੰ ਨਹੀਂ ਆਉਂਦਾ ਬਸ ਦੇਖੋ ਇਹ ਬਾਹਰ ਆ ਬਸ।
ਨਾ 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 ਮੰਨੂ ਨੇ ਤਾਂ ਆਪਦੇ ਹੈਡਫੋਨ ਰੱਖੇ ਹੋਏ ਨੇ ਨਹੀਂ ਜਾਣ ਤੋਂ ਪਹਿਲਾਂ ਕਰਤਾ ਓਹੀ ਕੰਮ ਚਾਹ ਵਾਲਾ ਜਾਣ ਤੋਂ ਪਹਿਲਾਂ ਗਾਈਸ ਆਪਾਂ ਆ ਗਏ ਹਾਂ ਗਲੂਟਨ ਫ੍ਰੀ ਕੁਛ ਖਾਣ ਤੇ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਵੀ ਕੀ ਖਾਣਾ ਕਿਉਂਕਿ ਉਹਨਾਂ ਨੇ ਕੀਤਾ ਮੈਨਿਊ ਅਪਡੇਟ ਤੇ ਨਵੀਂ ਨਵੀਂ ਆਪਸ਼ਨਸ ਨੇ ਆਪਾਂ ਜਿਹੜੀਆਂ ਖਾ ਸਕਦੇ ਹਾਂ ਆਪਾਂ ਜਾ ਕੇ ਦੇਖਦੇ ਹਾਂ ਵੀ ਕੀ ਖਾਂਦੇ ਹਾਂ ਵਾਹ ਵਾਹ ਇੰਨੀ ਸੋਹਣੀ ਜਗ੍ਹਾ ਤੇ ਗੱਡੀ ਲਾਈ ਸੀ ਕੀ ਵੇਖਿਆ ਜਰਾ ਸੁਖਮਨ ਮੈਂ ਕੁਛ ਗ੍ਰੋਸਰੀ ਦਾ ਮਤਲਬ ਦੇਖਣ ਚੱਲਿਆ ਵੀ ਜਿਹੜਾ ਸਮਾਨ ਦਾ ਨਾਲ ਲੈ ਕੇ ਜਾ ਸਕਦੇ ਗਾਈਸ ਅੱਜ ਦੀ ਨਿਊ ਜਨਰੇਸ਼ਨ ਵੇਖ ਲਓ ਤੇ ਗਾਈਸ ਸੁਖਮਨ ਨੂੰ ਇਤੋਂ ਕੁਝ ਪਸੰਦ ਨਹੀਂ ਆਇਆ ਤੇ ਨਾ ਇਹਨਾਂ ਕੋਲ ਇੰਨੀ ਗਰੋਸਰੀ ਸੀ ਆਪਾਂ ਚੱਲੇ ਆ ਦੂਜੇ ਗਲੂਟਨ ਫ੍ਰੀ ਬਿਲਕੁਲ ਤੇ ਉਹੀ ਮੇਰਾ ਫੇਵਰੇਟ ਹੈ ਗਾਈਸ ਭੈਣ ਜੀ ਕਹਿੰਦੇ ਨੇ ਪਾਣੀ ਹੈ ਤੇ ਮੈਂ ਨਹੀਂ ਇਧਰ ਚੜਨਾ ਪਿੱਛੋਂ ਦੀ ਚੜਾਂਗੀ ਭੈਣ ਜੀ ਕਰਦਾ ਭੈਣ ਜੀ 2 ਮਿੰਟ ਬਸ 2 ਮਿੰਟ ਪਹਿਲਾਂ ਸਾਸੂ ਮਮਾ ਪਿੱਛੇ ਦੇਖੋ ਟ੍ਰੈਫਿਕ ਕਿੰਨਾ ਹੈ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਬੱਚੇ ਸਾਸੂ ਮਾਂ ਬੋਲੀ ਹੋ ਗਈ ਹੈ ਉਹ ਕਹਿ ਰਹੀ ਹੈ ਕੋਈ ਬਾਤ ਨਹੀਂ ਬੱਚੇ ਸਮਾਨ ਸੀ ਉਹਨੇ ਉਹਨਾਂ ਕੋਲ ਬਹੁਤ ਵਧੀਆ ਕੁਛ ਹੈ ਨਾ ਬੜਾ ਸਮਾਨ ਹੈ ਕੱਦੂ ਵਰਗੀ ਸੀ ਚੁੱਪ ਸੀ ਇੱਕ ਏਡਾ ਵੱਡਾ ਮੂੰਹ ਫੁਲਾ ਕੇ ਬੈਠੀ ਹੋਈ ਤੇ ਨਵਜੋਤ ਮੈਨੂੰ ਕਹਿੰਦੇ ਆਹ ਕੱਦੂ ਜਿਹਾ ਕਿੱਥੋਂ ਲੈ ਆਂਦਾ ਤੁਸੀਂ ਪਰ ਹੁਣ ਬਣ ਚੁੱਕੀ ਹੈ ਮੈਨੂੰ ਮੈਂ ਤਾਂ ਦੀਦੀ ਬਿਨਾ ਸ਼ੂਜ਼ ਪਾਏ ਨਹੀਂ ਜਾਂਦੀ ਅੰਦਰ ਸੱਚੀ ਦੱਸ ਰਹੀ ਆ ਸੁਖਮਨ 30 ਰੁਪਏ ਦਾ ਮਖਾਣਾ ਲੈਣਾ ਕਿ ਮਹਿੰਗਾ ਬੀਟਰੂਟ ਵਾਲਾ ਪਾਸਤਾ ਚਲੋ ਹੈਲਦੀ ਖਾਣਾ ਸ਼ੁਰੂ ਕਰਦੇ ਹਾਂ ਬੀਟਰੂਟ ਪਾਸਤਾ ਤੂੰ ਆ ਨਿਊਡਲ ਲੈ ਜਿਹੜੇ ਆਪਣੇ ਨੇ ਨਹੀਂ ਦੂਸਰਾ ਪਾਸਤਾ ਕਿੱਥੇ ਹੈ
ਉਹ ਨਹੀਂ ਹੈਗਾ ਕਿਹੜੇ ਵਾਲਾ ਮਾਮਾ ਪਾਸ ਹਾਂ ਉਹ ਨਹੀਂ ਆਇਆ ਸਪੀਡ ਮੁੰਬਈ ਜਦੋਂ ਆਇਆ ਉਹ ਆ ਹੀ ਰਿਹਾ ਕੰਪਨੀ ਵੱਲੋਂ ਕੰਪੀਟੀਟਿਵ ਟੂਟ ਜੇ ਹੋ ਇਹਨਾਂ ਦੇ ਇਹ ਬੀਟਰੂਟ ਵਾਲਾ ਹੈ ਹਾਂ ਜੀ ਪਹਿਲਾਂ ਕੇਰਲਾ ਇੱਕ ਹੋਰ ਦੇ ਦਿੰਦਾ ਆ ਹੈਗਾ ਗਾਈਸ ਬੀਟਰੂਟ ਪਾਸਤਾ ਤੇ ਆ ਪਲਿਆ ਨੋਰਮਲ ਇਹਾਂ ਦੀ ਆ ਲਈ ਇਹ ਮਹਿੰਗਾ ਥੋੜਾ ਜਿਹਾ ਮੈਂ ਕਿਹਾ ਵੀ ਇਹਦੇ ਵਿੱਚ ਆਪਾਂ ਬੀਟਰੂਟ ਦਾ ਰਸ ਕੱਢ ਕੇ ਥੋੜਾ ਟਾਈਮ ਪਾਸਤਾ ਡਬਵਾਵਾਂਗੇ ਤੇ ਪਾਸਤਾ ਆਟੋਮੈਟਿਕਲੀ ਲਾਲ ਹੋ ਜਾਊਗਾ ਨਹੀਂ ਸੌਰੀ ਇਹ ਕੰਮ ਮੈਂ ਉਹਦੇ ਪਾਸਤੇ ਨਾਲ ਨਹੀਂ ਕਰਨ ਦਵਾਂਗੀ ਕਰ ਰਹੀ ਡੇਟ ਵੀ ਚੈੱਕ ਕਰੇ ਮੈਨੂੰ ਇੰਨਾ ਪੱਕਾ ਪਤਾ ਵੀ ਜਿਹੜੇ ਪਿੱਛੇ ਪਏ ਹੁੰਦੇ ਆ ਨਾ ਉਹਦੀ ਡੇਟ ਜਾਰੀ ਲੰਮੀ ਤੱਕ ਹੁੰਦੀ ਕਿਉਂਕਿ ਸਾਰਿਆਂ ਨੂੰ ਆਦਤ ਇੱਥੇ ਹੀ ਪੜ ਲਓ ਇੱਥੇ ਹੀ ਸਾਡਾ ਸਬੂਤ ਦੇਣੀ ਆ ਗਾਈ ਹਾਂ ਐਵੇਂ ਕਰਦੇ ਜੇ ਲੱਭਣੇ ਇਹਨਾਂ ਨੂੰ ਕੋਈ ਵੀ ਦੇਖ ਮੈਂ ਤੁਹਾਨੂੰ ਦੱਸਦੀ ਆ ਇਹ ਤਾਂ ਦੇਖੋ ਇਹ ਹੈਗਾ 28th ਅਗਸਤ ਵਾਲਾ ਠੀਕ ਹੈ ਤੇ ਜਿਹੜਾ ਮੈਂ ਉਠਾਇਆ ਹੈ ਨਾ ਇੱਧਰ ਦੇਖੋ ਇਹ ਹੈਗਾ 1st ਸਤੰਬਰ ਵਾਲਾ ਚੀਜ ਮੈਂ ਆਪਦੇ ਲਈ ਲੈਣੀ ਆ ਗਲਤ ਗੱਲ ਹੋ ਰਹੀ ਸਾਰਿਆਂ ਦਾ ਕੁਛ ਨਾ ਕੁਛ ਮਿਲ ਜਾਂਦਾ ਤੇਰਾ ਕੁਛ ਨਹੀਂ ਮਿਲਦਾ ਤੂੰ ਖਾ ਲਾ ਆ ਵਾਲਾ ਮੈਂ ਖਾਣ ਲੱਗੀ ਮੈਂ ਅਜੇ ਦੋ ਮਿੰਟ ਲੱਗ ਲਿਆ ਫੜਾ ਇੱਧਰ ਮਾਟਾ ਜੇ ਮਸੀਂ ਖਾ ਕੇ ਵੇਖੀ ਮੈਂ ਅਸੀਂ ਇੱਕ ਕੇ ਲਿਆ ਜਾਵਾ ਤਾਂ ਨਹੀਂ ਯਾਰ ਮੈਨੂੰ ਇਹ ਤੂੰ ਹੋਣੀ ਖਾਣਾ ਜਿਹੜਾ ਬਣਵਾਇਆ ਕਰੋ 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 ਇਹ ਤੂੰ ਮੈਨੂੰ ਸਪੈਸ਼ਲ ਕਿਹਾ ਕਿ ਵੀਡੀਓ ਸ਼ੁਰੂ ਕਰ ਵੀ ਕਿਉਂ ਕਿਹਾ ਬੈਠ ਕੇ ਵਾਪਸ ਕਰ ਹਾਂ ਵਾਪਸ ਕਰ ਤੇ ਗੱਲ ਮੈਂ ਤੁਹਾਨੂੰ ਦੱਸਦੀ ਇਹ ਤਾਂ ਅਸੀਂ ਇੱਕ ਹੀ ਲਿੱਤਾ ਪਹਿਲਾਂ ਇਹ ਦੇਖ ਲਿੱਤਾ ਅਸੀਂ ਕਿੰਨੇ ਰਹਿ ਗਏ ਵਿੱਚ ਮੇਰੀ ਗੱਲ ਸੁਣ ਦੋ ਚਾਟ ਪਾਪੜੀ ਮੰਗਾਈਆਂ ਸਪੈਸ਼ਲ ਤੇ ਇੱਕ ਕੌਣ ਖਾਏਗਾ ਅੱਕੜ ਅੱਕੜ ਬੱਕੜ ਬੰਬੇ ਬੋ ਕਿਵੇਂ ਕਿਵੇਂ ਕੀਤਾ ਅੱਕੜ ਬੱਕੜ ਸਾਰਿਆਂ ਨੂੰ ਦਿਖਾਇਓ ਦੋ ਚਾਟ ਪਾਪੜੀਆਂ ਇੱਕ ਕੌਣ ਖਾਏਗਾ ਅਸੀਂ ਬੈਠੇ ਆ ਤਿੰਨ ਜਣੇ ਇੱਧਰ ਚਾਰ ਜਣੇ ਮੈਂ ਕਹਿੰਦਾ ਹੁਣ ਤੂੰ ਬਾਰਾਂ ਤੁਹਾਨੂੰ ਦੱਸ ਕਿਵੇਂ ਹੋਏਗਾ ਵੀ ਉਹ ਡਿਸਾਈਡ ਹੋਵੇਗਾ ਐਵੇਂ ਡਿਸਾਈਡ ਹੋਣਾ ਅੱਕੜ ਬੱਕੜ ਬੰਬੇ ਬੋ 80-90 ਪੂਰੇ 100 ਮੇਰਾ ਆਇਆ ਵੇਖ ਤੇ ਸਾਹਮਣੇ ਉਹ ਚਾਟ ਪਾਪੜੀ ਕੌਣ ਖਾਏਗਾ ਉਹ ਮੈਂ ਖਾਵਾਂਗਾ ਇਹਨਾਂ ਨੇ ਕਿਹਾ ਹੈ ਕਿ ਅੱਕੜ ਬੱਕੜ ਗਲਤ ਹੋਇਆ ਜਿਹੜਾ ਉਹ ਇੱਕ ਚਾਟ ਪਾਪੜੀ ਆਏਗੀ ਉਹ ਕੌਣ ਖਾਏਗਾ ਗਲਾਸ ਘੁਮਾ ਕੇ ਡਿਸਾਈਡ ਕੀਤਾ ਜਿਹਦੇ ਵਿੱਚ ਗਲਾਸ ਦਾ ਮੂੰਹ ਆਇਆ ਮੈਨੂੰ ਵੱਲ ਪਹਿਲਾਂ ਮੇਰੇ ਵੱਲ ਚਲੋ ਲਾਟ ਪਾਪੜੀ ਆਏ ਤਿੰਨ ਸਾਈਡ ਦੋ ਦੋ ਚਮਚੇ ਕਿਨੂੰ ਮਿਲਣਗੇ ਦੂਜੀ ਚਾਟ ਪਾਪੜੀ ਆ ਗਈ ਏ ਉਹ ਜੋ ਡਿਸਾਈਡ ਹੋਇਆ ਸੀ ਉਹ ਮੈਂ ਖਾਵਾਂਗਾ ਇੱਕ ਤਾਂ ਮੈਂ ਖਾਣੀ ਡੈਫੀਨਿਟਲੀ ਮੈਂ ਨਾ ਮਨ ਨੇ ਕੈਮਰੇ ਦੇ ਪਿੱਛੇ ਜੋ ਬੋਲਿਆ ਨਾ ਮੈਂ ਬੋਲਣ ਲਈ ਬਹੁਤ ਉਤਸੁਕ ਹੋ ਰਹੀ ਆ ਮੈਂ ਤਾਂ ਸਾਰਿਆਂ ਨੂੰ ਦੱਸਦੀ ਮੈਂ ਵਿੱਚ ਛੱਡ ਕੇ ਤਾਂ ਦੱਸਣ ਲੱਗੀ ਨਵਜੋਤ ਕਹਿੰਦੇ ਵੀ ਨਾ ਆਪਾਂ ਨਾ ਸਾਗਰ ਰਤਨਾ ਜਾਵਾਂਗੇ ਤੇ ਆਪਾਂ ਉੱਥੇ ਜਾ ਕੇ ਖਾਵਾਂਗੇ ਕੁਛ ਕਹਿੰਦੀ ਅੱਛਾ ਉਹ ਕਿੱਥੇ ਵੀਰੇ
ਮੇਰੇ ਵੱਲੋਂ ਕਹਿ ਦੇ ਯਾਰ ਮੈਂ ਉਦੋਂ ਕਿੰਨਾ ਸਮਾਨ ਲੈ ਗਿਆ ਤੁਹਾਡੇ ਕੋਲ ਗਲੂਟਨ ਫ੍ਰੀ ਤੁਹਾਨੂੰ ਖਾਣ ਦਾ ਮੌਕਾ ਦੇ ਰਹੀ ਹਾਂ। ਮੈਂ ਕਿਹਾ ਟੈਕਸੀ ਵਾਲਾ ਖੜਾ ਕਰ ਸਵਾਰੀਆਂ ਡਿੱਗਦਾ ਹੈ ਵੇਖ ਲਾਂਗੇ ਕੁਛ ਪਰਸ ਚ ਹੈਗਾ ਤਾਂ ਉਧਰ ਚਲੇ ਜਾਂਦੇ ਕੀ ਖਾਣ ਗੋਲ ਗੱਪੇ ਖਾਣ ਲੱਗੇ ਹੋ ਤੁਸੀਂ ਸਾਰੇ ਪਾਣੀ ਚ ਮਾਉ ਨੀ ਗੋਲ ਗੱਪੇ ਚੰਡੀਗੜ੍ਹ ਦੇ ਨੇ ਇਹਨਾਂ ਕਹਿੰਦੀ ਪਾਣੀ ਚ ਮਾਉ ਆ ਕਿਵੇਂ ਬਸ ਨਹੀਂ ਸਵਾਦ ਲੱਗਾ ਉਹ ਤੇ ਕਹਿੰਦੀ ਬੜਾ ਸਵਾਦ ਹੈ ਮੈਨੂੰ ਪੁੱਤੂ ਇਹਨੀ ਕਾਲੀ ਕਾਲੀ ਦੇਖਣਾ ਪਈ ਮੈਂ ਭੁੱਲ ਗਈ ਇਹ ਆ ਵੀ ਵਿਆਹ ਵਾਲੇ ਗੋਲ ਗੱਪੇ ਨਹੀਂ ਭੱਲੇ ਨਹੀਂ ਵਿਆਹ ਵਾਲੇ ਜੀ ਕਿਵੇਂ ਅੰਮੀ ਨਹੀਂ ਲਾ ਸਕਦੀ ਕਿ ਨਹੀਂ ਸਵਾਦ ਨਹੀਂ ਮੰਮੀ ਦਾ ਤਾਂ ਮੂਹੀ ਵਿੰਗਾ ਹੋ ਗਿਆ ਮਜ਼ਾ ਨਹੀਂ ਆਇਆ ਮੈਨੂੰ ਮੈਨੂੰ ਤਾਂ ਬੜਾ ਸਵਾਦ ਚੱਲ ਮੈਨੂੰ ਤਾਂ ਭੁੱਖ ਲੱਗੀ ਪੁੱਤੂ ਇੱਕ ਪਲੇਟ ਥੋੜੀ ਸੀ ਯਾਰ ਮੇਰੇ ਦੀ ਹੈਲਪ ਕਰ ਰਹੇ ਤੁਸੀਂ ਸਾਰਿਆਂ ਦੀ ਹੈਲਪ ਕਰ ਰਹੇ ਜੀ ਮੈਨੂੰ ਛੇਤੀ ਫਿਨਿਸ਼ ਕਰ ਲਾ ਕਿਤੇ ਵੀਰਾ ਤੇਰੀ ਹੈਲਪ ਕਰਨਾ ਅੱਜ ਮੈਨੂੰ ਨੂੰ ਪਤਾ ਸੀ ਕਿਤੇ ਨੌਬਤ ਨਾ ਵੀਰਾ ਲੈ ਆਵੇ ਮੈਂ ਪਹਿਲਾਂ ਹੀ ਖਾ ਵਾਹ ਸੋਹਣਾ ਲੱਗਦਾ ਵੀ ਤੇ ਗਾਈਸ ਹੁਣ ਅਸੀਂ ਚੱਲੇ ਆ ਬਲੋ ਡਰਾਈ ਕਰਵਾਉਣ ਮੇਰੇ ਵਾਲਾਂ ਦਾ ਤਾਂ ਹਾਲ ਬੁਰਾ ਹੋ ਚੁੱਕਿਆ ਮੈਨੂੰ ਵਾਲ ਕਟਾਉਣੇ ਫਿਰ ਹਾਂਜੀ ਵੀਰੇ ਪੱਕੀ ਗੱਲ ਹੈ ਫੇਰ ਨਾ ਕਮੀ ਹੈ ਪੱਕੀ ਗੱਲ ਇੱਟ ਵਰਗੀ ਪੱਕੀ ਇੱਟ ਵਰਗੀ ਪੱਕੀ ਇਹ ਨਾ ਰੋਣਾ ਨਾ ਧਰ ਲਈ ਫਿਰ ਮੁੜ ਕੇ ਤੇ ਅਸੀਂ ਵੇਹਦੇ ਰਹੀਏ ਤੇ ਅਸੀਂ ਰੋਟੀਆਂ ਖਾਣੀਆਂ ਨੇ ਕਿ ਦਰੋਈਆਂ ਤੇ ਰੋਣਾ ਕਿ ਤਰੇਗੀ ਦੱਸ ਮੈਨੂੰ ਸਹੀ ਗੱਲ ਕਟਾਉਣੇ ਕੰਮ ਪੈਸੇ ਲਾਉਣੇ ਤੇ ਵਾਲ ਕਟਾਉਣੇ ਨੇ ਮੈਨੂੰ ਨਿੱਕੇ ਨਿੱਕੇ ਕਰਾਉਣੇ ਕਿੱਡਾ ਸਾਈਜ਼ ਲੈਂਥ ਕਿੰਨੀ ਰੱਖਣੀ ਹਾਈਟ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਇਸ ਟਾਈਮ ਕਿੱਥੇ ਚੱਲ ਨਹੀਂ ਹੇਅਰ ਮਾਸਟਰ ਹੇਅਰ ਮਾਸਟਰ ਚਲ ਗਾਈਜ਼ ਆਪਾਂ ਗਏ ਪਹੁੰਚ ਮਸਾਂ ਲੈ ਕੇ ਆਂਦਾ ਸੁਪਰ ਨੂੰ ਬਲੋ ਡਰਾਈ ਕਰੋ ਅਸੀਂ ਲੈਣ ਚੱਲੇ ਆਂ ਪਾਰਸਲ ਜਿਹੜੇ ਕਿ ਸਾਡੇ ਪਾਰਸਲ ਰਹਿ ਗਏ ਸੀ ਫਿਰੋਜ਼ਪੁਰ ਉਹ ਅਸੀਂ ਮੰਗਾਏ ਨੇ ਬੱਸ ਤੇ ਗਾਈਸ ਆਪਾਂ ਲੈ ਚੁੱਕੇ ਆਂ ਪਾਰਸਲ ਆ ਰਹੀ ਬੱਸ ਤੇ ਹੁਣ ਆਪਾਂ ਰੱਖਦੇ ਆਂ ਸਾਈਡ ਹੋਏ ਬਹੁਤ ਟਾਈਮ ਲੱਗ ਗਿਆ ਨਾ ਬਹੁਤ ਟ੍ਰੈਫਿਕ ਸੀ ਯਾਰ ਮੈਨੂੰ ਕੋ ਚੱਲੇ ਆਂ ਸੁਪਰ ਦੇ ਬਲੋ ਡਰਾਈ ਕਿੰਨਾ ਟਾਈਮ ਹੋ ਗਿਆ ਇਹਨੂੰ ਉੱਥੇ ਜਾ ਕੇ ਮਿਲਦੇ ਆਂ ਤੂੰ ਗਾਈਜ਼ ਆਪਣਾ ਬਲੋ ਡਰਾਈ ਹੋ ਗਿਆ ਡਨ ਅਤੇ ਹੁਣ ਮੈਂ ਵੇਟ ਕਰ ਰਹੀ ਹਾਂ ਸਾਰਿਆਂ ਦੀ ਵੀ ਕਦੋਂ ਆਉਣਗੇ ਅਤੇ ਕਦੋਂ ਮੈਨੂੰ ਵੀ ਨਾਲ ਲੈ ਕੇ ਜਾਣਗੇ
ਥੋੜਾ ਜਿਹਾ ਨਹੀਂ, ਇੱਕ ਘੰਟਾ ਬਸ ਉੱਥੇ ਮਿਲੀ ਇਹਨੇ, ਬਹੁਤ ਟ੍ਰੈਫਿਕ ਬਹੁਤ ਜ਼ਿਆਦਾ ਸੀ। ਠੀਕ ਹੈ ਚਲੋ ਪੇ ਕਰ ਦੋ ਫਿਰ ਜਾਂਦੇ ਆ। ਐ ਸੁਖਮਨ ਕੱਟ ਕੇ ਮੈਂ ਤਾਂ ਬੈਠੀ ਬੈਠੀ ਬੋਰ ਹੋ ਗਈ, ਮੈਨੂੰ ਤਾਂ ਲੱਗ ਹੀ ਨਹੀਂ ਰਿਹਾ ਵੀ ਮੈਂ ਬਲੋ ਡਰਾਈ ਕਰਵਾ ਕੇ, ਮੈਂ ਤਾਂ ਬੈਠੀ ਬੈਠੀ ਬੋਰ ਹੋ ਗਈ। ਮੈਂ ਤਾਂ ਆਪ ਕੇ ਬਗਾ ਤੇਰਾ ਮੂੰਹ ਆ ਜੋ ਕੁੱਟਿਆ ਹੁੰਦਾ ਤੈਨੂੰ ਕਿਸੇ ਨੇ, ਸੱਚੀ ਹੋਇਆ ਐ ਮੈਨੂੰ ਤਾਂ ਠੰਡ ਲੱਗੀ ਤੇ ਇਹਨੂੰ ਤਾਂ ਠੰਡ ਦਾ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਹੈਗਾ ਇਹਨੂੰ ਤਾਂ ਮੱਝ। ਯਾਰ ਮੈਂ ਤੈਨੂੰ ਕਿਹਾ ਸੀ 15 ਮਿੰਟ ਪਹਿਲਾਂ ਫੋਨ ਕਰਦੀ, ਹੁਣ ਵੇਖ ਲੈ ਤੇਰੇ ਤੋਂ ਫੋਨ ਵੀ ਨਹੀਂ ਕੀਤਾ ਗਿਆ। ਸਲਮਾਨ ਯਾਰ ਸਾਡੀ ਗੁੜੀਆ ਬੈਠੀ ਵਾਲ ਕਟਾਉਣ ਤੋਂ, ਹੁਣ ਇਸ ਟਾਈਮ ਨਹੀਂ ਮਿਲਿਆ ਮੈਨੂੰ ਆਦੀ ਵੀ ਮੈਂ ਹੇਅਰ ਮਾਸਟਰ ਤੋਂ ਨਹੀਂ ਕਟਾਉਣੇ ਵੀਰੇ, ਮੈਨੂੰ ਪਹਿਲੀ ਵਾਰੀ ਵਾਲ ਕਟਾਉਣੀ, ਮੈਨੂੰ ਸੰਗ ਆਉਂਦੀ ਤੇ ਲੋਕ ਬਹੁਤ ਜ਼ਿਆਦੇ ਨੇ, ਲੋਕ ਤਾਂ ਇੰਨੇ ਜ਼ਿਆਦਾ ਨੇ ਪੁੱਛਣਾ ਵਾਕਈ ਯਾਰ ਤੇ ਇਹਨੂੰ ਆਪਾਂ ਸਲਮਾਨ ਤੋਂ ਕਟਾਵਾਂਗੇ, ਮੇਰਾ ਫਰੈਂਡ ਹੈਗਾ ਉਹਦਾ ਸਲੂਨ ਇੱਥੇ, ਸਿੰਗਰ ਤੋਂ ਮਾਈ ਗੋਡ ਸਿੰਗਰ ਸਿੰਗਰ ਨਹੀਂ ਐਕਟਰ ਸਲਮਾਨ ਖਾਨ ਹੈ। ਤੁਹਾਡਾ ਭਾਈ ਤੇ ਬੱਸ ਵਾਲਾ ਨਾ ਮਸਾਂ ਹੀ ਲੱਭਿਆ ਸਾਨੂੰ, ਕਦੀ ਉਹ ਆਖੇ ਮੈਂ 8 ਸੈਕਟਰਾਂ, ਕਦੀ ਆਖੇ 7 ਫੇਸ ਆ, ਤੇ ਉਹ ਆਖੇ ਮੈਂ ਠੇਕੇ ਕੋਲ ਨਾ ਸਾ ਠੇਕੇ ਦਾ ਅਗਲਾ ਪਤਾ ਨਾ ਪਿਛਲਾ ਪਤਾ ਚਾਹ ਸਾਰਿਆਂ ਲਈ ਕਿਉਂਕਿ ਸਾਰੇ ਥੱਕੇ ਹਾਰੇ ਪਏ ਨੇ। ਚਲੋ ਹਾਂ ਮੈਨੂੰ ਨੇ ਕਾਂਦਾ ਤਾਂ ਕੱਟਦੀ ਆ, ਮੈਨੂੰ ਨੇ ਗੰਢਾ ਆਪੇ ਕੱਟ ਦਿੱਤਾ, ਪੁੱਤ ਤੁਸੀਂ ਤਾਂ ਗਲਾ ਕੱਟੋ, ਅੱਜ ਇਹਦਾ ਗਲਾ ਗਿਆ, ਕਲਮ ਕਰ ਦੋ। ਮੈਨੂੰ ਦੇ ਵਾਲ ਨਹੀਂ ਕਟੀ ਸਕੇ, ਤੁਹਾਨੂੰ ਬਹੁਤ ਖੇਦ ਹੈ ਉਸ ਵਾਸਤੇ ਕਿ ਮੈਨੂੰ ਦੇ ਵਾਲ ਨਹੀਂ ਕਟਾ ਪਾਏ, ਵਿੱਚ ਨਿੱਕੀ ਨਿੱਕੀ ਵਾਲਾਂ ਵਿੱਚ ਮੈਨੂੰ ਤੁਹਾਨੂੰ ਅਗਲੇ ਵਲੌਗ ਵਿੱਚ ਜ਼ਰੂਰ ਮਿਲੇ। ਬਿਲਕੁਲ ਹਾਏ ਮੈਨੂੰ ਆ ਕੀ ਕਾਰਨਾਮਾ ਕਰਦਾ ਗਾਇਸ ਵੇਖ ਲਓ, ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਨੂੰ ਅੱਜ ਪਹਿਲੀ ਵਾਰੀ ਸਬਜ਼ੀ ਬਣਾਉਣ ਲੱਗੀ ਹੈ। ਮੈਂ ਚਾਹ ਬਣਾਈ ਸੀ
ਮੇਰੀ ਗੱਲ ਸੁਣੋ, ਸੁਖਮਨ ਕਦੀ ਕਦੀ ਚੀਜ਼ ਬਣਾਉਂਦੀ ਹੈ ਤੇ ਇਹਨੂੰ ਪਤਾ ਵੀ ਜੇ ਇਕੱਲੀ ਚੀਜ਼ ਦੀ ਆਵਾਜ਼ ਬਣ ਗਈ ਇਹਨੂੰ ਪਤਾ ਵਾਰੀ ਵਾਰੀ ਬਣਾਉਣੀ ਪਏਗੀ, ਇਸ ਕਰਕੇ ਇੱਕ ਵਾਰੀ ਬਣਦੀ ਆ ਰੋਟੀ ਖਾ।